ਟੋਰੇ ਦਾ ਟੋਰਾ ਵਾਧਾ ਹੀ ਹੁੰਦਾ ਸ਼ਾਮ ਨੂੰ ਜਿਸ ਨਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਜੀ ਇੱਕ ਨਵੀਂ ਵੀਡੀਓ 'ਚ। ਸੋ 745 ਆਇਆ ਜੀ ਅੱਜ ਆਪਣੇ ਕੋਲ 2018 ਮਾਡਲ, ਕੰਡੀਸ਼ਨ ਬਿਲਕੁਲ ਨਵੇਂ ਵਰਗੀ ਆ। ਟਾਇਰ ਹੈਪੀ ਕਿੰਨੇ ਕੁ ਪਏ ਹੋਊਗੇ? ਟਾਇਰ ਭਾਈ ਹੈਗੇ 80 ਪੈਸੇ ਟਾਇਰ ਹੈ, MRF ਦੇ ਟਾਇਰ ਆ ਚਾਰੇ, 13 ਦੇ ਟਾਇਰ ਆ, 13 ਦੇ ਟਾਇਰ ਆ ਪਿਛਲੇ, ਅਤੇ ਮੁਰਲੇ 6-16 ਦੇ ਆ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਸੋਨਾਲੀਕਾ 745। ਪੰਜ ਸੌ ਤੇਈ ਘੰਟੇ ਚੱਲੇ ਅਤੇ 50 ਹੋਰਸ ਪਾਵਰ 'ਚ ਆ, 3 ਸਿਲੰਡਰ 'ਚ ਆ ਜਾਂਦਾ ਇਹ ਟਰੈਕਟਰ। ਬਿਲਕੁਲ ਸਾਫ਼ ਕੰਡੀਸ਼ਨ ਹੈ। ਅਤੇ DI-60 ਆ ਜੀ, 2012 ਮਾਡਲ, RX ਸ਼ੋਅ 'ਚ। ਇਹਦੀ ਵੀ ਪਹਿਲਾਂ ਪਾਈ ਸੀ ਵੀਡੀਓ ਆਪਾਂ। ਇੱਧਰ 745 ਇੱਕ ਹੋਰ, ਇਹ 2008 ਮਾਡਲ ਆ ਜੀ। ਬਾਕੀ ਭਾਈ ਹੋਣੀ ਦੇਖਣ ਲੱਗੇ ਚਲਾ ਕੇ। ਪੂਰੀ ਟੈਸਟਿੰਗ ਕਰਨੀ ਪੈਂਦੀ ਆ, ਜਿਹਨੇ ਵੀ ਲੈਣਾ ਜ਼ਰੂਰੀ ਹੈ ਵੀ ਟੈਸਟਿੰਗ ਕਰਨੀ। ਅਤੇ ਜੇ ਡਿਮਾਂਡ ਦੀ ਗੱਲ ਕਰੀਏ, 4,65,000 ਡਿਮਾਂਡ ਹੈ ਇਹਦੀ। ਬਾਕੀ ਸੌਦਾ ਤਾਂ ਬੈਠ ਕੇ ਹੀ ਹੋਏ ਕਰਦਾ ਸਾਹਮਣੇ। ਬਿਲਕੁਲ ਨਵੇਂ ਵਰਗਾ ਟਰੈਕਟਰ ਹੈ। ਸੋ ਜਿਹਨੇ ਵੀ ਕੋਈ ਪੁਰਾਣਾ ਟਰੈਕਟਰ ਦੇਖ ਰਿਹਾ ਕੋਈ, ਆਪਣੇ ਨਾਲ ਕੰਟੈਕਟ ਕਰ ਸਕਦੇ ਆ ਜੀ, ਨੰਬਰ ਨੀਚੇ ਡਿਸਕ੍ਰਿਪਸ਼ਨ 'ਚ ਪਾ ਦੂੰਗਾ ਮੈਂ। ਅਤੇ ਬਾਈ ਕਹਿੰਦਾ ਭਜਾਈ ਬਹੁਤ ਆ ਟਰੈਕਟਰ ਦੀ, ਛੋਟਿਆਂ ਦਾ ਤੋਰਾ ਵਾਧਾ ਹੀ ਹੁੰਦਾ। ਬਾਕੀ ਇੱਧਰ ਨਵੇਂ ਟਰੈਕਟਰ ਖੜ੍ਹੇ ਆ ਜੀ, 750, ਜਿਵੇਂ ਪਤਾ ਹੀ ਆ 16 ਦੇ ਟਾਇਰਾਂ 'ਚ ਵੀ ਆ ਗਿਆ ਹੁਣ 3 ਸਪੀਡ। ਇਹਦੀ ਲਿਫਟ 'ਚ ਵੀ ਅਪਡੇਟ ਕੀਤਾ ਹੈ।